ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਦੇਖੋ ਜੀ ਅੱਜ ਤੋਂ ਸਾਉਣ ਦਾ ਮਹੀਨਾ ਫਿਰ ਤੋਂ ਸ਼ੁਰੂ ਹੋ ਗਿਆ ਹੈ ਕਿਉਂਕਿ ਅਧਿਕ ਮਾਸ ਦਾ ਮਹੀਨਾ ਖਤਮ ਹੋ ਗਿਆ ਹੈ। ਹੁਣ ਸਾਉਣ ਦਾ ਮਹੀਨਾ ਜਿਵੇਂ ਕਿ ਤੁਹਾਨੂੰ ਪਤਾ ਹੀ ਸੀ ਕਿ 59 ਦਿਨਾਂ ਦਾ ਹੈ ਇਸ ਵਾਰ ਤੇ ਹੁਣ ਸਿਰਫ ਔਰ ਸਿਰਫ 15 ਦਿਨ ਬੱਚੇ ਹਨ। ਸਾਉਣ ਦਾ ਮਹੀਨਾ ਸਭ ਤੋਂ ਜ਼ਿਆਦਾ ਉਪਾਅ ਕਰਨ ਦਾ ਉੱਤਮ ਮਹੀਨਾ ਮੰਨਿਆ ਜਾਂਦਾ ਹੈ। ਇਸ ਕਰਕੇ ਮੈਂ ਹੁਣ ਇਹ 15 ਦਿਨਾਂ ਦਾ ਵੀ ਤੁਸੀਂ ਵਧੀਆ ਤਰ੍ਹਾਂ ਲਾਭ ਉਠਾ ਲਓ। ਤੁਹਾਡੇ ਵਾਸਤੇ ਮੈਂ 2 ਯੰਤਰ ਬਣਾ ਕੇ ਲਿਆਈ ਹਾਂ। ਇੱਕ ਯੰਤਰ ਉਹਨਾਂ ਲੋਕਾਂ ਵਾਸਤੇ ਕੰਮ ਕਰੇਗਾ ਜਿਹੜੇ ਲੋਕੀ ਬਿਲਕੁਲ ਨਿਰਾਸ਼ ਹੋ ਚੁੱਕੇ ਹਨ, ਜਿਹੜੇ ਸਮਝ ਚੁੱਕੇ ਹਨ ਕਿ ਹੁਣ ਤਾਂ ਜ਼ਿੰਦਗੀ ਵਿੱਚ ਸਾਡਾ ਕੁਝ ਵੀ ਨਹੀਂ ਹੋ ਸਕਦਾ। ਮਤਲਬ ਜਿਹੜੇ ਲੋਕ ਐਡਿਕਸ਼ਨ ਹੈ ਜਿਨ੍ਹਾਂ ਨੂੰ, ਜਿਵੇਂ ਕਿਸੇ ਨੂੰ ਬਹੁਤ ਜ਼ਿਆਦਾ ਨਸ਼ਾ ਕਰਨ ਦਾ ਐਡਿਕਸ਼ਨ ਹੈ, ਜਾਂ ਕਈਆਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ, ਜਾਂ ਕਈਆਂ ਨੂੰ ਬਹੁਤ ਜ਼ਿਆਦਾ ਮਤਲਬ ਦਵਾਈਆਂ ਖਾ ਕੇ ਪਰੇਸ਼ਾਨ ਹੋ ਚੁੱਕੇ ਹਨ, ਬਿਮਾਰ ਰਹਿੰਦੇ ਹਨ, ਜਾਂ ਲਵ ਮੈਰਿਜ ਵਿੱਚ ਜਿਨ੍ਹਾਂ ਵਿੱਚ ਬੜੀ ਪ੍ਰੋਬਲਮ ਆ ਰਹੀ ਹੈ। ਕਈ ਵਾਰੀ ਹੁੰਦਾ ਹੈ ਕਿ ਸਾਡੀ ਜਿਹੜੀ ਲਵ ਲਾਈਫ ਹੈ ਉਹ ਬਿਲਕੁਲ ਖਰਾਬ ਚੱਲਦੀ ਹੈ, ਉਹਨਾਂ ਵਾਸਤੇ ਇਹ ਜਿਹੜਾ ਯੰਤਰ ਹੈ ਬਹੁਤ ਜ਼ਿਆਦਾ ਕੰਮ ਕਰੇਗਾ। ਅਤੇ ਦੂਸਰਾ ਯੰਤਰ ਮੈਂ ਉਹਨਾਂ ਲੋਕਾਂ ਵਾਸਤੇ ਲਿਆਈ ਹਾਂ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਚਾਹੀਦੀ ਹੈ, ਕੋਈ ਹਾਈ ਪੋਸਟ ਚਾਹੀਦੀ ਹੈ। ਕਿਉਂਕਿ ਕਈ ਵਾਰ ਹੁੰਦਾ ਹੈ ਕਿ ਅਸੀਂ ਕੁਆਲੀਫਿਕੇਸ਼ਨ ਤਾਂ ਅਸੀਂ ਆਪਣੀ ਇੰਨੀ ਜ਼ਿਆਦਾ ਕਰ ਲੈਂਦੇ ਹਾਂ, ਪਰ ਉਸਦੇ ਅਕੋਰਡਿੰਗ ਸਾਨੂੰ ਉਹ ਨੌਕਰੀ ਨਹੀਂ ਮਿਲਦੀ ਹੈ, ਜੋਬ ਨਹੀਂ ਮਿਲਦੀ ਹੈ। ਅਤੇ ਦੂਸਰਾ ਜਿਹੜਾ ਯੰਤਰ ਤੁਸੀਂ ਯੂਜ਼ ਕਰੋਗੇ ਤਾਂ ਤੁਹਾਨੂੰ ਸਰਕਾਰੀ ਨੌਕਰੀ ਅਤੇ ਹਾਈ ਪੋਸਟ ਵਾਲੀ ਨੌਕਰੀ ਵੀ ਤੁਹਾਨੂੰ ਮਿਲ ਸਕਦੀ ਹੈ। ਅਤੇ ਚਲੋ ਜੀ ਹੁਣ ਇਹ ਯੰਤਰ ਤੁਹਾਨੂੰ ਦੱਸਣ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਿਹੜੇ ਮੇਰੇ ਚੈਨਲ 'ਤੇ ਨਵੇਂ ਆਏ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਜੀ। ਅਤੇ ਚਲੋ ਜੀ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਇਹ ਜਿਹੜਾ ਯੰਤਰ ਜਿਹੜੇ ਹੈ ਤੁਸੀਂ ਇਸਤੇਮਾਲ ਕਦੋਂ ਕਰਨੇ ਹਨ। ਹੁਣ ਤੁਸੀਂ ਦੇਖੋ ਮੈਂ ਤੁਹਾਨੂੰ ਆਪਣੀ ਵੀਡੀਓ ਦੀ ਸਕਰੀਨ 'ਤੇ ਪਹਿਲਾ ਯੰਤਰ ਜੋ ਮੈਂ ਤੁਹਾਨੂੰ ਦੱਸਿਆ ਸੀ, ਹੈਲਥ ਵੈਲਥ ਕਲਾ ਕਲੇਸ਼, ਠੀਕ ਹੈ, ਔਰ ਤੁਹਾਡੀ ਵਿਆਹ ਸ਼ਾਦੀ 'ਚ ਕੋਈ ਪ੍ਰੋਬਲਮ ਆ ਰਹੀ ਹੈ ਉਸ ਵਾਸਤੇ ਇਹ ਯੰਤਰ ਬਹੁਤ ਹੀ ਕੰਮ ਕਰੇਗਾ, ਠੀਕ ਹੈ। ਇਹ ਦੇਖੋ ਹਿੰਦੀ ਵਿੱਚ ਬਣਾਇਆ ਗਿਆ ਇਹ ਯੰਤਰ ਹੈ, ਅਤੇ ਇਹ ਹੋ ਸਕਦਾ ਹੈ ਜਿਨ੍ਹਾਂ ਨੂੰ ਹਿੰਦੀ ਨਹੀਂ ਆਉਂਦੀ ਹੈ ਉਹਨਾਂ ਨੂੰ ਇਹ ਯੰਤਰ ਬਣਾਉਣ ਵਿੱਚ ਪ੍ਰੋਬਲਮ ਆਏ ਤਾਂ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਇਸ ਦਾ ਸਕਰੀਨਸ਼ੋਟ ਲੈ ਲਓ ਜੋ ਮੈਂ ਤੁਹਾਨੂੰ ਆਪਣੀ ਵੀਡੀਓ ਦੀ ਸਕਰੀਨ 'ਤੇ ਦਿਖਾ ਰਹੀ ਹਾਂ। ਬਸ ਸਕਰੀਨਸ਼ੋਟ ਲੈ ਕੇ ਇਸਦਾ ਪ੍ਰਿੰਟ ਆਊਟ ਨਿਕਾਲ ਲਓ, ਕੁਛ ਵੀ ਨਹੀਂ ਕਰਨਾ ਹੈ ਤੁਸੀਂ ਇਸ ਨੂੰ, ਜੇਕਰ ਆਪਣੇ ਪ੍ਰਿੰਟ ਜਿਹੜਾ ਯੰਤਰ ਹੈ ਇਸ ਨੂੰ ਤੁਸੀਂ ਸ਼ਿਵ ਮੰਦਿਰ ਵਿੱਚ ਲੈ ਜਾ ਕੇ ਸ਼ਿਵਲਿੰਗ 'ਤੇ ਛੁੜਾ ਕੇ ਆ ਜਾਣਾ ਹੈ। ਬਸ ਉਹਨੂੰ ਟੱਚ ਕਰਕੇ ਲੈ ਆਉਣਾ ਹੈ ਅਤੇ ਉਸਨੂੰ ਆਪਣੇ ਘਰ ਵਿੱਚ ਰੱਖਣਾ ਹੈ ਸਾਵਣ ਦੇ ਮਹੀਨੇ ਪੂਰਾ। ਤੁਸੀਂ ਦੇਖੋਗੇ ਤੁਹਾਡੀ ਘਰ ਦੀਆਂ ਸਾਰੀਆਂ ਪ੍ਰੋਬਲਮਸ ਦੂਰ ਹੋ ਜਾਣਗੀਆਂ, ਕਿਉਂਕਿ ਸੋਮਵਾਰ ਨੂੰ ਆਪਾਂ ਇਹ ਯੰਤਰ ਇੱਦਾਂ ਦਾ ਪ੍ਰਿੰਟ ਆਊਟ ਹੈ ਉਹ ਤੁਸੀਂ ਨਿਕਾਲ ਲੈਣਾ। ਅਤੇ ਜੇਕਰ ਤੁਸੀਂ ਕਿਸੇ ਮੰਦਿਰ 'ਚ ਨਹੀਂ ਜਾ ਸਕਦੇ, ਸ਼ਿਵਲਿੰਗ 'ਤੇ ਵੀ ਨਹੀਂ ਜਾ ਕੇ ਟੱਚ ਕਰਾ ਕੇ ਲਿਆ ਸਕਦੇ, ਤਾਂ ਤੁਸੀਂ ਆਪਣੇ ਪਾਠ ਪੂਜਾ ਵਾਲੇ ਮੰਦਿਰ ਵਿੱਚ ਵੀ ਉੱਥੇ ਸਥਾਨ 'ਤੇ ਵੀ ਤੁਸੀਂ ਇਸ ਨੂੰ ਰੱਖ ਦੇਣਾ ਹੈ। ਧੂਫ ਅਗਰਬੱਤੀ ਦਾ ਤੁਸੀਂ ਪਾਠ ਪੂਜਾ ਕਰਦੇ ਹੋ ਤਾਂ ਕਰੋਗੇ ਵੀ, ਇਹਦੀ ਵੀ ਕਰ ਦੇਣਾ, ਠੀਕ ਹੈ, ਤਾਂ ਇਸ ਇਹ ਐਕਟਿਵ ਹੋ ਜਾਏਗਾ, ਚਾਰਜ ਹੋ ਜਾਏਗਾ ਇਹ ਜਿਹੜਾ ਯੰਤਰ ਹੈ। ਬਸ ਇਸ ਨੂੰ ਪਏ ਰਹਿਣ ਦੇਣਾ, ਹੋ ਸਕੇ ਤਾਂ ਤੁਸੀਂ ਪਰਮਾਨੈਂਟ ਵੀ ਇਸ ਨੂੰ ਰੱਖ ਸਕਦੇ ਹੋ, ਕਿਉਂਕਿ ਇਸ ਵਿੱਚ ਬਹੁਤ ਹੀ ਵਧੀਆ ਐਨਰਜੀ ਹੈ, ਆਪਣੀ ਪੋਕਟ ਵਿੱਚ ਵੀ ਰੱਖ ਸਕਦੇ ਹੋ। ਜੇਕਰ ਨਹੀਂ ਤਾਂ ਸਾਵਣ ਦਾ ਮਹੀਨਾ ਜਿਵੇਂ ਖਤਮ ਹੋਏਗਾ ਤਾਂ ਤੁਸੀਂ ਇਸ ਨੂੰ ਕਿਸੇ ਮਿੱਟੀ ਵਿੱਚ ਵੀ ਦਬਾ ਕੇ ਆ ਸਕਦੇ ਹੋ। ਅਤੇ ਦੂਸਰਾ ਨੰਬਰ ਦਾ ਜਿਹੜਾ ਯੰਤਰ ਹੈ ਇਹ ਮੈਂ ਹੁਣ ਤੁਹਾਨੂੰ ਆਪਣੀ ਵੀਡੀਓ ਦੀ ਸਕਰੀਨ 'ਤੇ ਦਿਖਾ ਰਹੀ ਹਾਂ। ਇਸ ਦਾ ਵੀ ਤੁਸੀਂ ਜਿਵੇਂ ਮੈਂ ਸਕਰੀਨ 'ਚ ਦਿਖਾ ਰਹੀ ਹਾਂ ਸਕਰੀਨਸ਼ੋਟ ਲੈ ਲਓ ਔਰ ਇਸ ਦਾ ਪ੍ਰਿੰਟ ਆਊਟ ਨਿਕਾਲ ਲਓ। ਸੇਮ ਪ੍ਰੋਸੀਜਰ ਹੈ, ਇਹ ਵੀ ਸ਼ਿਵਲਿੰਗ 'ਤੇ ਜਾ ਕੇ ਤੁਸੀਂ ਟੱਚ ਕਰਾ ਕੇ ਲਿਆ ਸਕਦੇ ਹੋ, ਤਾਂ ਵੀ ਬੈਸਟ ਹੋ ਜਾਏਗਾ, ਨਹੀਂ ਤਾਂ ਆਪਣੀ ਪਾਠ ਪੂਜਾ ਵਾਲੇ ਸਥਾਨ 'ਤੇ ਰੱਖੋ। ਤੁਹਾਨੂੰ ਕੋਈ ਵੀ ਸਰਕਾਰੀ ਨੌਕਰੀ ਚਾਹੀਦੀ ਹੈ ਜਾਂ ਹਾਈ ਪੋਸਟ ਵਾਲੀ ਜੋਬ ਚਾਹੀਦੀ ਹੈ, ਇਹ ਯੰਤਰ ਤੁਹਾਨੂੰ ਜ਼ਰੂਰ ਦਿਲਾਏਗਾ। ਇਸ ਨੂੰ ਤੁਸੀਂ ਹਮੇਸ਼ਾ ਆਪਣੀ ਪੋਕਿਟ ਵਿੱਚ ਰੱਖੋ, ਨਹੀਂ ਤਾਂ ਆਪਣੇ ਜਿੱਥੇ ਤੁਸੀਂ ਜੋਬ ਕਰਦੇ ਹੋ ਉਹ ਵਾਲੇ ਦਰਾਜ ਵਿੱਚ ਰੱਖੋ। ਹਮੇਸ਼ਾ ਆਪਣੇ ਨਾਲ ਕੈਰੀ ਕਰ ਸਕਦੇ ਹੋ ਤਾਂ ਬਹੁਤ ਅੱਛੀ ਗੱਲ ਹੈ। ਤੁਹਾਨੂੰ ਦੇਖ ਲੈਣਾ ਕੁਝ ਹੀ ਦਿਨਾਂ ਵਿੱਚ, ਮੈਂ ਕਹਿ ਰਹੀ ਹਾਂ ਸਾਵਣ ਦੇ ਮਹੀਨੇ ਨੂੰ 15 ਦਿਨ ਰਹਿ ਗਏ ਹਨ, ਉਹਦੇ ਅੰਦਰ ਹੀ ਅੰਦਰ ਤੁਹਾਨੂੰ ਨੌਕਰੀ ਮਿਲ ਸਕਦੀ ਹੈ ਜੇਕਰ ਕਰੋਗੇ ਵਿਸ਼ਵਾਸ ਨਾਲ। ਜੇ ਵਿਸ਼ਵਾਸ ਨਾਲ ਨਹੀਂ ਕਰੋਗੇ ਤਾਂ ਮੇਰੀ ਕੋਈ ਗਾਰੰਟੀ ਨਹੀਂ ਹੈ, ਠੀਕ ਹੈ ਜੀ। ਅਤੇ ਇਹ ਨੰਬਰ 2 ਯੰਤਰ ਔਰ ਨੰਬਰ 1 ਯੰਤਰ ਤੁਹਾਡੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ। ਅਤੇ ਜ਼ਰੂਰ ਬਣਾਉਣਾ, ਜੇ ਬਣਾ ਸਕਦੇ ਹੋ ਤਾਂ ਬੈਸਟ ਹੈ, ਨਹੀਂ ਤਾਂ ਸਕਰੀਨਸ਼ੋਟ ਲੈ ਕੇ ਜਿਸ ਤਰ੍ਹਾਂ ਦੱਸਿਆ ਪ੍ਰਿੰਟ ਆਊਟ ਨਿਕਾਲ ਲੈਣਾ ਅਤੇ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਲੈਣਾ ਜੀ। ਅਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।